ਸਤ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਡਾ ਭਾਰਤ ਸੰਸਾਰ ਵਿੱਚ ਆਪਾਂ ਆਪਣੇ ਇੰਡੀਆ ਦੀ ਗੱਲ ਕਰਨ ਜਾ ਰਹੇ ਹਾਂ ਇਹ ਜਿਹੜਾ ਟੌਪਿਕ ਹੈ ਜੀ ਤੁਹਾਡੇ ਪੀਐਸਟੈਟ ਦੇ ਐਗਜ਼ਾਮ ਲਈ ਸੀਟੈਟ ਦੇ ਐਗਜ਼ਾਮ ਲਈ ਪਲੱਸ 8ਟੀਡੀ ਦਾ ਜਿਹੜਾ ਸੈਕੰਡ ਪੇਪਰ ਹੁੰਦਾ ਹੈ ਉਸ ਐਗਜ਼ਾਮ ਲਈ ਇਹ ਵੀਡੀਓ ਕਾਫੀ ਹੈਲਪਫੁਲ ਹੋਣ ਵਾਲੀ ਹੈ ਸੋ ਦੋਸਤੋ ਤੁਸੀਂ ਧਿਆਨ ਨਾਲ ਜਿੰਨੇ ਵੀ ਮੈਜ ਫੈਕਟ ਦੱਸੂਗਾ ਤੁਸੀਂ ਉਹ ਧਿਆਨ ਨਾਲ ਨੋਟ ਕਰ ਲਿਓ ਤੇ ਸਮਝਣ ਦੀ ਕੋਸ਼ਿਸ਼ ਕਰਿਓ ਸੋ ਦੋਸਤੋ ਤੁਹਾਡਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਆਂ ਸ਼ੁਰੂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਸਬਸਕ੍ਰਾਈਬ ਬਟਨ ਤੇ ਜਰੂਰ ਕਲਿੱਕ ਕਰ ਲਿਓ ਜੀ ਤੇ ਇਸ ਦੇ ਨਾਲ ਹੀ ਜਿਹੜਾ ਬੈਲ ਆਈਕਨ ਹੋਏਗਾ ਤੁਸੀਂ ਉਹ ਵੀ ਪ੍ਰੈਸ ਕਰ ਲਿਓ ਐਂਡ ਸ਼ੈਸ਼ਨ ਨੂੰ ਛੇਤੀ ਛੇਤੀ ਲਾਈਕ ਵੀ ਕਰ ਦੋ ਤੇ ਆਪਾਂ ਜਿਹੜੀ ਆਪਣੀ ਵੀਡੀਓ ਹੈਗੀ ਹੈ ਜੀ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਐਂਡ ਦੋਸਤੋ ਆਪਣੀ ਅੱਜ ਦੀ ਵੀਡੀਓ ਵੀਡੀਓ ਨੰਬਰ 1st ਹੈ ਵੈਸੇ ਤਾਂ ਇਹ ਲੈਕਚਰ ਨੰਬਰ 6 ਹੈ ਜੀ ਪਰ ਇਹ ਲੈਕਚਰ ਨੰਬਰ 6 ਦਾ ਜਿਹੜਾ ਇਹ ਸਾਡਾ ਭਾਰਤ ਜਿਹੜਾ ਲੈਸਨ ਹੈ ਜੀ ਇਹਨੂੰ ਆਪਾਂ ਦੋ ਪਾਰਟਸ ਦੇ ਵਿੱਚ ਵੰਡਿਆ ਹੋਇਆ ਕਿਉਂਕਿ ਇਹ ਕਾਫੀ ਇੰਪੋਰਟੈਂਟ ਲੈਸਨ ਹੈ ਜੀ ਸੋ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਜੇਕਰ ਆਪਾਂ ਭਾਰਤ ਦੀ ਵਿਸ਼ ਬੋਲੀਆਂ ਜਿਹੜੀਆਂ ਹੈਗੀਆਂ ਜੀ ਉਹ ਕਾਫੀ ਤਰ੍ਹਾਂ ਦੀਆਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਨੇ ਜੀ ਉਹ ਤਰ੍ਹਾਂ ਤਰ੍ਹਾਂ ਦੇ ਆ ਭਾਸ਼ਾਵਾਂ ਬੋਲਦੇ ਨੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ ਉਹਨਾਂ ਦਾ ਜਿਹੜਾ ਖਾਣ ਪੀਣਾ ਹੈ ਜੀ ਉਹਦੇ ਵਿੱਚ ਵੀ ਕਾਫੀ ਜਿਹੜੀ ਵਿਭਿੰਨਤਾ ਹੈਗੇ ਜੀ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਪੰਜਾਬ ਦੇ ਲੋਕ ਕੀ ਕੁਝ ਖਾਂਦੇ ਨੇ ਉਧਰ ਜੇ ਪਰ ਜੇਕਰ ਆਪਾਂ ਗੱਲ ਕਰੀਏ ਰਾਜਸਥਾਨ ਦੇ ਵਿੱਚ ਜਿਵੇਂ ਕਿ ਪਾਣੀ ਦੀ ਘਾਟ ਹੈਗੀਆ ਫਿਰ ਉਸ ਹਾਲਾਤ ਨਾਲ ਉਹਨਾਂ ਦੀ ਜਿਹੜੀ ਡਾਈਟ ਹੈਗੀ ਹੈ ਜੀ ਉਹ ਡਿਫਰੈਂਟ ਵੇਖਣ ਨੂੰ ਮਿਲਦੀ ਹੈ ਜੇਕਰ ਆਪਾਂ ਕੇਰਲ ਦੀ ਗੱਲ ਕਰੀਏ ਉੱਥੇ ਦੇ ਲੋਕ ਮੱਛੀ ਚੌੜ ਬਹੁਤ ਜ਼ਿਆਦਾ ਖਾਂਦੇ ਨੇ ਸੋ ਇਸੇ ਤਰ੍ਹਾਂ ਹੀ ਪੂਰੇ ਭਾਰਤ ਭਰ ਦੇ ਵਿੱਚ ਆਪਾਂ ਨੂੰ ਜੇ ਆਪਾਂ ਭਿੰਤਾ ਲੱਭੀਏ ਤੇ ਕਾਫੀ ਸਾਰੀਆਂ ਭਿੰਤਾਵਾਂ ਵੀ ਵੇਖਣ ਨੂੰ ਮਿਲਦੀਆਂ ਨੇ ਬੜ ਜੇਕਰ ਆਪਾਂ ਏਕਤਾ ਦੀ ਗੱਲ ਕਰੀਏ ਜਿਵੇਂ ਕਿ 26 ਜਨਵਰੀ ਹੋ ਗਿਆ 1947 ਦਾ ਜਿਵੇਂ ਕਿ ਆਪਣਾ ਆਜ਼ਾਦੀ ਦਿਵਸ ਹੋ ਗਿਆ ਅਸੀਂ ਸਾਰੇ ਇਕੱਠੇ ਹੀ ਮਨਾਉਂ ਪੇਂਟਾ ਵਿੱਚ ਇੱਕ ਤਰ੍ਹਾਂ ਵੀ ਵੇਖਣ ਨੂੰ ਮਿਲਦੀ ਆ ਬਟ ਆਪਾਂ ਜੇਕਰ ਫਿਜ਼ੀਕਲ ਫੀਚਰ ਦੀ ਗੱਲ ਕਰੀਏ ਫਿਜ਼ੀਕਲ ਫੀਚਰ ਤੋਂ ਕੀ ਭਾਵ ਹੈ ਜੀ ਇਸ ਤੋਂ ਪਹਿਲਾਂ ਆਪਾਂ ਲੈਸਨ ਦੇ ਵਿੱਚ ਮੈਂ ਤੁਹਾਨੂੰ ਪਰਵਤ ਪਠਾਰ ਬਾਰੇ ਗੱਲ ਸਮਝਾਈ ਸੀ ਨਾ ਪਰਵਤ ਕੀ ਹੁੰਦੇ ਨੇ ਪਠਾਰ ਕੀ ਹੁੰਦੇ ਨੇ ਮੈਦਾਨ ਕੀ ਹੁੰਦੇ ਨੇ ਸੋ ਦੋਸਤੋਂ ਆਪਣੇ ਭਾਰਤ ਵਿੱਚ ਵੀ ਨਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਤੁਹਾਨੂੰ ਵਕ-ਵਕ ਥਾਵਾਂ ਤੇ ਵੇਖਣ ਨੂੰ ਮਿਲਦੀਆਂ ਨੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੇਕਰ ਆਪਾਂ ਪਰਵਤਾਂ ਦੀ ਗੱਲ ਕਰੀਏ ਬਹੁਤ ਉੱਚੇ-ਉੱਚੇ ਤੁਹਾਨੂੰ ਪਰਵਤ ਵੇਖਣ ਨੂੰ ਮਿਲਦੇ ਨੇ ਜੀ ਜੇਕਰ ਆਪਾਂ ਨਦੀਆਂ ਦੀ ਗੱਲ ਕਰੀਏ ਕਾਫੀ ਇਹਨਾਂ ਨਦੀਆਂ ਦੁਆਰਾ ਹੀ ਕਹਿ ਲਓ ਕਿ ਵਿਸ਼ਾਲ ਮੈਦਾਨ ਹੈਗੇ ਜੀ ਉਹ ਬਣਾਏ ਗਏ ਨੇ ਉੱਥੇ ਬਹੁਤ ਜ਼ਿਆਦਾ ਉਪਜਾਊ ਸ਼ਕਤੀ ਹੈਗੀ ਹੈ ਜਿਹਦੇ ਕਰਕੇ ਆਪਾਂ ਇੰਨਾ ਜ਼ਿਆਦਾ ਅਨਾਜ ਕੀ ਕਰਦੇ ਆਂ ਜੀ ਬੀਜਦੇ ਆਂ ਜਿਵੇਂ ਕਿ ਆਪਣੇ ਪੰਜਾਬ ਦੀ ਹੀ ਗੱਲ ਕਰੀਏ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੇਤੀਬਾੜੀ ਕੀਤੀ ਜਾਂਦੀ ਹੈ ਜੀ ਐਂਡ ਜੇਕਰ ਆਪਾਂ ਪਠਾਰ ਦੀ ਗੱਲ ਕਰੀਏ ਕਿਉਂਕਿ ਮੈਂ ਤੁਹਾਨੂੰ ਪਠਾਰ ਤੇ ਪਹਾੜਾਂ ਦੇ ਵਿੱਚ ਡਿਫਰੈਂਸ ਵੀ ਦੱਸਿਆ ਸੀਗਾ ਜਿਨ੍ਹਾਂ ਨੇ ਉਹ ਵੀਡੀਓਜ਼ ਨਹੀਂ ਵੇਖੀਆਂ ਤੇ ਕਿਰਪਾ ਕਰਕੇ ਉਹ ਵੀਡੀਓ ਤੁਸੀਂ ਜ਼ਰੂਰ ਵੇਖ ਲਿਓ ਸੋ ਦੋਸਤੋ ਜੇਕਰ ਆਪਾਂ ਪਠਾਰ ਦੀ ਗੱਲ ਕਰੀਏ ਪਠਾਰ ਦੇ ਅੰਦਰ ਕਾਫੀ ਸਾਰੇ ਜਿਹੜੇ ਖਣਿਜ ਪਦਾਰਥ ਨੇ ਜਿਵੇਂ ਮਿਨਰਲਸ ਨੇ ਤੁਹਾਨੂੰ ਇਹ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਜੇ ਇਹ ਤੁਹਾਨੂੰ ਇਹਨਾਂ ਚੀਜ਼ ਇੱਥੋਂ ਹੀ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਹੁਣ ਆਪਾਂ ਆਪਣੇ ਲੈਸਨ ਦੀ ਗੱਲ ਕਰਦੇ ਹਾਂ ਕਿ ਆਪਣਾ ਜਿਹੜਾ ਭਾਰਤ ਹੈ ਭਾਰਤ ਕਿਵੇਂ ਨੰਬਰ ਤੇ ਦੇਸ਼ ਆਉਂਦਾ ਹੈ ਜੀ ਜੇਕਰ ਆਪਾਂ ਗੱਲ ਕਰੀਏ ਖੇਤਰਫਲ ਦੇ ਪੱਖੋਂ ਖੇਤਰਫਲ ਦੇ ਪੱਖੋਂ ਜੇਕਰ ਆਪਾਂ ਗੱਲ ਕਰੀਏ ਤੇ ਆਪਣਾ ਭਾਰਤ 7ਵੇਂ ਨੰਬਰ ਤੇ ਆਉਂਦਾ ਕਿੰਨੇ ਨੰਬਰ ਤੇ ਆਉਂਦਾ ਹੈ ਜੀ ਆਪਣੇ ਭਾਰਤ ਕਿੰਨੇ ਨੰਬਰ ਤੇ ਆਉਂਦਾ 7ਵੇਂ ਨੰਬਰ ਤੇ ਇਸ ਗੱਲ ਨੂੰ ਤੁਸੀਂ ਖਾਸ ਧਿਆਨ ਰੱਖਣਾ ਹੈ ਜੀ ਆਪਣਾ ਭਾਰਤ 7ਵੇਂ ਨੰਬਰ ਤੇ ਆਉਂਦਾ ਖੇਤਰਫਲ ਦੇ ਪੱਖੋਂ ਤੇ ਆਪਣੇ ਭਾਰਤ ਕੋਲ ਕਿੰਨਾ ਏਰੀਆ ਹੈਗਾ ਜੀ ਤੁਸੀਂ ਇਹਨਾਂ ਯਾਦ ਕਰ ਲਿਓ ਕਿ ਆਪਣੇ ਭਾਰਤ ਕੋਲ 32 ਲੱਖ ਸਕਰ ਕਿਲੋਮੀਟਰ ਕਿੰਨਾ ਹੈ ਜੀ 32 ਲੱਖ ਸਕਰ ਕਿਲੋਮੀਟਰ ਵੈਸੇ ਦੋਸਤੋ 3287263 ਵਰਗ ਕਿਲੋਮੀਟਰ ਆ ਪਰ ਤੁਸੀਂ ਇਸ टर्म ਦੇ ਵਿੱਚ ਤੁਸੀਂ ਨਾ ਹੀ ਜਾਓ ਬਸ ਇੰਨਾ ਯਾਦ ਕਰ ਲਿਓ ਕਿ ਆਪਣੇ ਭਾਰਤ ਦਾ ਜਿਹੜਾ ਖੇਤਰਫਲ ਹੈ ਜੀ ਉਹ ਕਿੰਨਾ ਹੈ 32 ਲੱਖ ਸਕੁਅਰ ਕਿਲੋਮੀਟਰ ਜੇਕਰ ਆਪਾਂ ਆਬਾਦੀ ਪੱਖੋਂ ਗੱਲ ਕਰੀਏ ਤੇ ਆਪਣਾ ਜਿਹੜਾ ਭਾਰਤ ਹੈ ਜੀ ਇਹ ਦੂਜੇ ਨੰਬਰ ਤੇ ਸਾਰਿਆਂ ਨਾਲੋਂ ਵੱਧ ਆਬਾਦੀ ਵਾਲਾ ਦੇਸ਼ ਹੈ ਪਹਿਲੇ ਨੰਬਰ ਤੇ ਕਿਹੜਾ ਦੇਸ਼ ਹੈ ਜੀ ਉਹ ਹੈ ਚਾਈਨਾ ਐਂਡ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਲੋਕੇਸ਼ਨ ਦੀ ਆਪਣੇ ਭਾਰਤ ਦੀ ਜਿਹੜੀ ਸਥਿਤੀ ਹੈਗੀ ਜੀ ਉਹ ਕਿੱਥੇ ਹੈ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਲੈਟੀਟਿਊਡਸ ਐਂਡ ਲੌਂਗੀਟਿਊਡ ਬਾਰੇ ਦੱਸਿਆ ਸੀਗਾ ਲੈਟੀਟਿਊਡ ਕੀ ਹੁੰਦੀਆਂ ਨੇ ਜੀ ਅਕਸ਼ਾਂਸ਼ ਰੇਖਾਵਾਂ ਹੁੰਦੀਆਂ ਨੇ ਲੌਂਗੀਟਿਊਡ ਕੀ ਹੁੰਦੀਆਂ ਨੇ ਜੀ ਦੁਸ਼ਾਂਤ ਰੇਖਾਵਾਂ ਹੁੰਦੀਆਂ ਨੇ ਜਿਹੜੀਆਂ ਲੈਟੀਟਿਊਡਸ ਹੁੰਦੀਆਂ ਨੇ ਮੈਂ ਕੁਝ ਇੰਪੋਰਟੈਂਟ ਲੈਟੀਟਿਊਡਸ ਵੀ ਦੱਸਿਆ ਸੀਗੇ ਆਪਣੇ ਭਾਰਤ ਦੀਆਂ ਵੀ ਮੈਂ ਦੱਸਿਆ ਸੀਗਾ ਕਿ ਆਪਣੇ ਭਾਰਤ ਵਿੱਚ ਕਿਹੜੀ ਲੈਟੀਟਿਊਡ ਹੋ ਕੇ ਲੰਘਦੀ ਹੈ ਮੈਂ ਤੁਹਾਨੂੰ ਮੈਪ ਦੇ ਥਰੂ ਵੀ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਸੋ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਸੋਹਣਾ ਨਕਸ਼ਾ ਪੇਸ਼ ਕੀਤਾ ਹੋਇਆ ਜੀ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਮੈਂ ਕੀ ਦੱਸਿਆ ਤੁਹਾਨੂੰ ਇੱਥੇ ਦੱਸਿਆ ਸੀ ਨਾ ਕਿ ਲੈਟੀਟਿਊਡਸ ਕਿਹੜੀਆਂ ਲਾਈਨਸ ਹੁੰਦੀਆਂ ਨੇ ਲੈਟੀਟਿਊਡਸ ਹੁੰਦੀਆਂ ਨੇ ਅਕਸ਼ਾਂਸ਼ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਕਿੱਧਰ ਤੋਂ ਕਿੱਧਰ ਨੂੰ ਜਾਂਦੀਆਂ ਨੇ ਜੀ ਆ ਜਿਹੜੀ ਤੁਹਾਨੂੰ ਰੇਖ ਜਿਹੜੀਆਂ ਇਦਰੋਂ ਲਾਈਨਾਂ ਸ਼ੁਰੂ ਹੁੰਦੀਆਂ ਨੇ ਤੇ ਇਦਰ ਜਾ ਕੇ ਖਤਮ ਹੁੰਦੀਆਂ ਨੇ ਇਹ ਕਿਡੀਆਂ ਲਾਈਨਸ ਹੈਗੀਆਂ ਨੇ ਜੀ ਇਹ ਲਾਈਨਸ ਹੈਗੀਆਂ ਨੇ ਜੀ ਅਕਸ਼ਾਂਸ਼ ਰੇਖਾਵਾਂ ਭਾਵ ਇਹਨਾਂ ਨੂੰ ਆਪਾਂ ਕਹਿੰਦੇ ਆ ਲੈਟੀਟਿਊਡਸ ਇੱਕ ਵਾਰ ਮੈਨੂੰ ਇਰੇਜ਼ ਕਰਕੇ ਮੈਂ ਤੁਹਾਨੂੰ ਉਹ ਲਾਈਨ ਵੀ ਵਿਖਾ ਦਿੰਨਾ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਆ ਜਿਹੜੀ ਵਿਚਾਲਿਆਂ ਦੀ ਲਾਈਨ ਹੋ ਕੇ ਜਾ ਰਹੀ ਹੈ ਇੱਕੜੀ ਲਾਈਨ ਹੈ ਜੀ ਆ ਜਿਹੜੀ ਵਿਚਾਲਿਆਂ ਤੁਹਾਨੂੰ ਲਾਈਨ ਵਿਖਰੀ ਹੈ ਨਾ ਇਹਨੂੰ ਆਪਾਂ ਕੀ ਕਹਿੰਦੇ ਆ ਇਕਵੇਟਰ ਕਹਿੰਦੇ ਆ ਭੂਮੱਧ ਰੇਖਾ ਕਹਿ ਦਿੰਦੇ ਆ ਕੀ ਕਹਿੰਦੇ ਆ ਇਹਨੂੰ ਭੂਮੱਧ ਰੇਖਾ ਕਹਿ ਦਿੰਦੇ ਆ ਤੇ ਭੂਮੱਧ ਰੇਖਾ ਦੇ ਉਹ ਤਾਂ ਨੂੰ ਜੇ ਆ ਉੱਪਰ ਵਾਲੇ ਪਾਸੇ ਕੀ ਇਹ ਪਾਰਾਤਾ ਹੈ ਤੇ ਭਾਰਤ ਵਿੱਚ ਕਿਹੜੀ ਰਖਾਓ ਕੇ ਲੰਗਦੀ ਆ ਤੁਸੀਂ ਇੱਥੇ ਧਿਆਨ ਨਾਲ ਵੇਖੋ ਇੱਥੇ ਤਾਂ ਇਹ ਲਾਈਨ ਨਹੀਂ ਸ਼ੋਅ ਕੀਤੀ ਹੋਈ ਬਟ ਮੈਂ ਤੁਹਾਨੂੰ ਦੂਸਰੇ ਮੈਪ ਤੇ ਵਿਖਾ ਦਿੰਨਾ ਆ ਤੁਹਾਡੇ ਸਾਹਮਣੇ ਇੱਕ ਨਕਸ਼ਾ ਬਹੁਤ ਹੀ ਸੋਹਣਾ ਨਕਸ਼ਾ ਹੈਗਾ ਜੀ ਇਹਦੇ ਵਿੱਚ ਤੁਸੀਂ ਧਿਆਨ ਨਾਲ ਵੇਖੋ ਕਿ ਇੱਥੇ ਇੱਕ ਲਾਈਨ ਡਰਾ ਕੀਤੀ ਹੋਈ ਆ ਆ ਲਾਈਨ ਡਰਾ ਕੀਤੀ ਹੋਈ ਆ ਇਹ ਕੀ ਹੈ ਜੀ ਟ੍ਰੋਪਿਕ ਆਫ ਕੈਂਸਰ ਜਿਹਨੂੰ ਤੁਸੀਂ ਪੰਜਾਬੀ ਵਿੱਚ ਕਰਕ ਰੇਖਾ ਕਹਿੰਦੇ ਹੋ ਕੀ ਕਹਿੰਦੇ ਹੋ ਪੰਜਾਬੀ ਵਿੱਚ ਕਰਕ ਰੇਖਾ ਕਹਿੰਦੇ ਹੋ ਇਹ ਜਿਹੜੀ ਲਾਈਨ ਹੈਗੀ ਆ ਜੀ ਇਹ ਭਾਰਤ ਦੇ ਇਧਰੋਂ ਵਿਚਾਲਿਆਂੋਂ ਨਿਕਲਦੀ ਹੈ ਐਂਡ ਇਹ ਵੀ ਕੀ ਹੈ ਜੀ ਇੱਕ ਇੰਪੋਰਟੈਂਟ ਲੈਟਿਟਿਊਡਸ ਹੈ ਭਾਵ ਇੱਕ ਅਕਸ਼ਾਂਸ਼ ਰੇਖਾ ਹੈਗੀ ਆ ਇਹ ਵੀ ਐਂਡ ਆ ਕਰ ਰਹੇ ਸੀ ਤੁਹਾਨੂੰ ਇਹਦਾ ਪਤਾ ਨਾ ਕਿ ਲੈਟੀਟਿਊਡਸ ਤੇ ਲੌਂਗੀਟਿਊਡਸ ਕਿਹੜੀਆਂ ਹੁੰਦੀਆਂ ਨੇ ਜਿਹੜੀ ਲੌਂਗੀਟਿਊਡ ਹੈਗੀ ਹੈ ਲਾਈਨ ਇੱਕ ਹਨਾ ਜਿਹੜੀ ਦੇਸ਼ਾਂਤ ਰੇਖਾ ਹੈਗੀ ਹੈ ਇਹਦੇ ਵਿਚਾਲਿਓਂ ਕੀ ਕਰਦੀ ਹੈ ਜੀ ਕੱਟਦੀ ਹੈ ਇੱਥੇ ਤੁਸੀਂ ਵੇਖੋ ਧਿਆਨ ਨਾਲ ਇੱਥੋਂ ਕਿਹੜੀ ਲਾਈਨ ਕੱਟਦੀ ਹੈ ਜੀ ਇੱਥੇ ਮੈਂ ਇੱਕ ਵਾਰ ਮੈਂ ਡਰਾ ਕਰਕੇ ਦੱਸ ਦਿੰਨਾ ਤੁਹਾਨੂੰ ਇਹਦੇ ਵਿਚਾਲਿਓਂ ਦੀ ਇੱਕ ਲਾਈਨ ਹੈਗੀ ਹੈ ਜੀ 0 ਡਿਗਰੀ ਤੇ ਕਿੱਥੋਂ ਨਿਕਲਦੀ ਹੈ ਜੀ ਇੱਥੋਂ ਨਿਕਲਦੀ ਹੈ ਇਹ ਲਾਈਨ ਇੱਧਰੋਂ ਜਿਹੜੀ ਲਾਈਨ ਹੈਗੀ ਹੈ ਜੀ ਇਹ ਕਿਹੜੀ ਲਾਈਨ ਹੈ ਇਹਨੂੰ ਆਪਾਂ ਕਹਿੰਦੇ ਹਾਂ ਦੇਸ਼ਾਂਤ ਰੇਖਾ ਇਹ 0 ਡਿਗਰੀ ਹੈ 0 ਡਿਗਰੀ ਤੇ ਆਵਲੀ ਲਾਈਨ ਹੈਗੀ ਹੈ ਤੇ ਇਧਰ ਕਿੰਨੀਆਂ ਲਾਈਨਸ ਨੇ ਜੀ ਇਧਰ ਤੁਹਾਨੂੰ 180 ਡਿਗਰੀ ਵੈਸਟ ਵਾਲੇ ਪਾਸੇ ਕੁੱਲ ਮਿਲਾ ਕੇ ਕੰਨੀਆਂ ਲਾਈਨਸ ਹੋ ਗਿਆਂ ਜੀ ਇਹ ਲਗਭਗ ਹੋ ਗਿਆਂ 360 ਲਾਈਨਸ ਤੇ ਇਹ ਵਾਲੀਆਂ ਵੀ ਲਾਈਨਸ ਹੁੰਦੀਆਂ ਨੇ ਇਹ ਕਿਹੜੀਆਂ ਲਾਈਨਸ ਹੁੰਦੀਆਂ ਨੇ ਜੀ ਜਿਹੜੀਆਂ ਕਿ ਆਪਾਂ ਹੁਣੇ ਡਰਾ ਕੀਤੀਆਂ ਸੀਗੀਆਂ ਆਵਲੀਆਂ ਲਾਈਨਸ ਇਹਨਾਂ ਨੂੰ ਆਪਾਂ ਕਹਿੰਦੇ ਆ ਜੀ ਅਕਸ਼ਾਂਸ਼ ਰੇਖਾਵਾਂ ਕਿਹੜੀਆਂ ਰੇਖਾਵਾਂ ਕਹਿੰਦੇ ਆ ਜੀ ਇਹਨੂੰ ਆਪਾਂ ਕਹਿੰਦੇ ਆ ਅਕਸ਼ਾਂਸ਼ ਰੇਖਾਵਾਂ ਤੁਸੀਂ ਇਹਨੂੰ ਬੜੇ ਹੀ ਧਿਆਨ ਨਾਲ ਯਾਦ ਕਰ ਲੈਣਾ ਹੈ ਤੇ ਦੋਸਤੋਂ ਆਪਾਂ ਕੀ ਕਰ ਰਹੇ ਸੀ ਲੋਕੇਸ਼ਨ ਦੀ ਗੱਲ ਕਰ ਰਹੇ ਸੀ ਹੁਣ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਲੋਕੇਸ਼ਨ ਬਾਰੇ ਸਾਰੀਆਂ ਚੀਜ਼ਾਂ ਦੱਸਤੀਆਂ ਕਿ ਆਪਣਾ ਭਾਰਤ ਕਿਹੜੀ ਲੋਕੇਸ਼ਨ ਦੇ ਵਿੱਚ ਸਥਿਤ ਹੈ ਤੁਹਾਨੂੰ ਇਹ ਤਾਂ ਪਤਾ ਨਾ ਕਿ ਇਹ ਨਰਧਨ ਹੈਮਿਸਫੀਅਰ ਹੈ ਆਹ ਵਾਲਾ ਜਿਹੜਾ ਉੱਤੇ ਵਾਲਾ ਪਾਸਾ ਹੈ ਆਹ ਵਾਲਾ ਜਿਹੜਾ ਏਰੀਆ ਮੈਂ ਜ ਠੀਕ ਹੈ ਜੀ ਇਹ ਬੜਾ ਜਿਹੜਾ ਏਰੀਆ ਹੈ ਇਹ ਸੈਦਰ ਹੈਮਿਸਫੇਅਰ ਹੈ ਤੇ ਇਧਰ ਕੀ ਹੈ ਇਧਰ ਈਸਟ ਹੈ ਇਧਰ ਕੀ ਹੈ ਜਿੱਧਰ ਭਾਰਤ ਹੈ ਆਪਣਾ ਤੇ ਮਤਲਬ ਇਹ ਹੈ ਕਿ ਆਪਣਾ ਜਿਹੜਾ ਭਾਰਤ ਹੈ ਇਹ ਨਾਰਥ-ਈਸਟ ਵਿੱਚ ਸਿਚੁਏਟਿਡ ਹੈ ਕਿੱਥੇ ਹੈ ਜੀ ਨਾਰਥ-ਈਸਟ ਵਿੱਚ ਸਿਚੁਏਟਿਡ ਹੈ ਜੇਕਰ ਆਪਾਂ ਹੈਮਿਸਫੇਅਰ ਦੀ ਗੱਲ ਕਰੀਏ ਤੇ ਕਿਹੜੇ ਹੈਮਿਸਫੇਅਰ ਦੇ ਵਿੱਚ ਆ ਨਦਰਨ ਹੈਮਿਸਫੇਅਰ ਦੇ ਵਿੱਚ ਨਦਰਨ ਹੈਮਿਸਫੇਅਰ ਦੇ ਵਿੱਚ ਆਪਣਾ ਜਿਹੜਾ ਭਾਰਤ ਹੈ ਜੀ ਆਪਣੇ ਜਿਹੜੀ ਭਾਰਤ ਦੀ ਲੋਕੇਸ਼ਨ ਹੈ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਹੁਣ ਆਪਾਂ ਹੋਰ ਵੀ ਗੱਲਾਂ ਡਿਸਕਸ ਕਰ ਲੈਣੇ ਆ ਇੱਕ ਵਾਰ ਆਪਾਂ ਰੀਕੈਪ ਕਰ ਲੈਣੇ ਜੋ ਕੋ ਜਾਬਾ ਪਹਿਲਾਂ ਪੜਿਆ ਹੋਇਆ ਤੁਸੀਂ ਅਧਰ ਧਿਆਨ ਨਾਲ ਵੇਖੋ ਜਿਹੜੀਆਂ ਕੁਝ ਇੰਪੋਰਟੈਂਟ ਗੱਲਾਂ ਨੇ ਮੈਂ ਤੁਹਾਡੇ ਨਾਲ ਉਹ ਸਾਂਝੀਆਂ ਕਰਨ ਜਾ ਰਿਹਾ ਇਥ ਇਹ ਕੀ ਹੈ ਜੀ ਇਹ ਨਦਰਨ ਹੈਮਿਸਫੀਅਰ ਹੈ ਨਦਰਨ ਹੈਮਿਸਫੀਅਰ ਦੇ ਵਿੱਚ ਵੇਖੋ ਕਿੰਨੇ ਸਾਰੀਆਂ ਜਿਹੜੀਆਂ ਆਪਣੇ ਕੰਟੀਨੈਂਟ ਹੈ ਗਿਆ ਇੱਕ ਤਾਂ ਹੋ ਗਿਆ ਉੱਤਰੀ ਅਮਰੀਕਾ ਨਾਰਥ ਅਮਰੀਕਾ ਇੱਕ ਹੋ ਗਿਆ ਯੂਰਪ ਜੀ ਉਸ ਤੋਂ ਬਾਅਦ ਆ ਗਿਆ ਜੀ ਏਸ਼ੀਆ ਏਸ਼ੀਆ ਤੋਂ ਬਾਅਦ ਆ ਗਿਆ ਜੀ ਅਫਰੀਕਾ ਮਤਲਬ ਇਹ ਕੀ ਹੈ ਤੁਹਾਡਾ ਇਹ ਜਿਹੜਾ ਇਹ ਇਕਵੇਟਰ ਹੈ ਜੀ ਇਕਵੇਟਰ ਤੋਂ ਉੱਤੇ ਉੱਤੇ ਵੇਖ ਲਓ ਕਿ ਜਿਹੜਾ ਲੈਂਡਮਾਸ ਏਰੀਆ ਹੈਗਾ ਜੀ ਤੁਹਾਨੂੰ ਕਾਫੀ ਜ਼ਿਆਦਾ ਵੇਖਣ ਨੂੰ ਮਿਲਦਾ ਬਟ ਜੇਕਰ ਆਪਾਂ ਇਸ ਇਕਵੇਟਰ ਦੇ ਥੱਲੇ ਵਾਲੇ ਪਾਸੇ ਗੱਲ ਕਰੀਏ ਇੱਧਰ ਕੀ ਹੈ ਜੀ ਇਕੱਲਾ ਸਾਊਥ ਅਮਰੀਕਾ ਹੈ ਜੀ ਇਸ ਤੋਂ ਬਾਅਦ ਆਸਟ੍ਰੇਲੀਆ ਹੋ ਗਿਆ ਤੇ ਅ ਭਾਵ ਇਹ ਕਿ ਸਦਰਨ ਹੈਮਿਸਫੇਅਰ ਦੇ ਵਿੱਚ ਤੁਹਾਨੂੰ ਜਿਹੜਾ ਲੈਂਡ ਵਾਲਾ ਖੇਤਰ ਹੈ ਜੀ ਉਹ ਘੱਟ ਵੇਖਣ ਨੂੰ ਮਿਲਦਾ ਹੈ ਤੇ ਜਿਹੜਾ ਪਾਣੀ ਵਾਲਾ ਖੇਤਰ ਹੈ ਜੀ ਉਹ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਜੇਕਰ ਆਪਾਂ ਨਦਰਨ ਹੈਮਿਸਫੇਅਰ ਦੀ ਗੱਲ ਕਰੀਏ ਉਤਰੀ ਗੋਲਾਰਧ ਦੀ ਜੇਕਰ ਆਪਾਂ ਗੱਲ ਕਰੀਏ ਹੈਮਿਸਫੇਅਰ ਆਪਾਂ ਗੋਲਾਰਧ ਨੂੰ ਕਰਨੇ ਆ ਇਧਰ ਤੁਹਾਨੂੰ ਜੇਕਰ ਤੁਸੀਂ ਵੇਖਦੇ ਹੋ ਤੇ ਇੱਧਰ ਤੁਹਾਨੂੰ ਲੈਂਡ ਵਾਲਾ ਜਿਹੜਾ ਹਿੱਸਾ ਹੈ ਜੀ ਉਹ ਤੁਹਾਨੂੰ ਕਾਫੀ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਤੇ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਸੀਗੀ ਜੀ ਉਹ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਸੀਗਾ ਮੈਂ ਤੁਹਾਨੂੰ ਇਹ ਤਾਂ ਦੱਸ ਦਿੱਤਾ ਸੀਗਾ ਕਿ ਆਪਣੇ ਭਾਰਤ ਕੀ ਹੈ ਜੀ ਖੇਤਰਫਲ ਦੇ ਪੱਖੋਂ 7ਵੇਂ ਨੰਬਰ ਤੇ ਆਉਂਦਾ ਹੈ ਕਿੰਨੇਵੇਂ ਨੰਬਰ ਤੇ ਆਉਂਦਾ ਹੈ ਜੇ 7ਵੇਂ ਨੰਬਰ ਤੇ ਆਉਂਦਾ ਹੈ ਤੇ ਆਬਾਦੀ ਪੱਖੋਂ ਕਿੰਨੇਵੇਂ ਨੰਬਰ ਤੇ ਆਉਂਦਾ ਹੈ ਜੀ ਜੇਕਰ ਆਪਾਂ ਪੋਪੂਲੇਸ਼ਨ ਦੀ ਗੱਲ ਕਰੀਏ ਪੋਪੂਲੇਸ਼ਨ ਦੇ ਪੱਖੋਂ ਆਪਣਾ ਜਿਹੜਾ ਭਾਰਤ ਹੈ ਜੀ ਉਹ ਸੈਕਿੰਡ ਨੰਬਰ ਤੇ ਆਉਂਦਾ ਹੈ ਤੇ ਆਪਣੇ ਭਾਰਤ ਕੋਲ ਮੈਂ ਤੁਹਾਨੂੰ ਇਹ ਤਾਂ ਦੱਸਦਾ ਇਹ ਪੂਰੇ ਵਿਸ਼ਵ ਦਾ ਕਿੰਨੇ ਪ੍ਰਤੀਸ਼ਤ ਖੇਤਰਫਲ ਹੈ ਜੀ ਜੇਕਰ ਆਪਾਂ ਇਹਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤੇ ਇਹ ਲਗਭਗ 2.4% ਹੈ ਪੂਰੇ ਵਿਸ਼ਵ ਦਾ ਹੁਣ ਤੁਸੀਂ ਹੈਰਾਨੀ ਨਾਲ ਪੁੱਛੋਗੇ ਕਿ ਸਰ ਵੇਖੋ ਆਪਣੇ ਕੋਲ ਜਿਹੜਾ ਏਰੀਆ ਹੈ ਨਾ ਉਹ ਸਿਰਫ 2.4% ਹੈ ਪੂਰੇ ਵਿਸ਼ਵ ਦਾ ਤੇ ਇਸ 2.4% ਏਰੀਆ ਨੇ ਲਗਭਗ ਵਿਸ਼ਵ ਦੀ 18% ਜਿਹੜੀ ਆਬਾਦੀ ਹੈਗੀ ਹੈ ਜੀ ਉਹ ਸਾਂਭੀ ਹੋਈ ਹੈ ਭਾਵ ਇਹ ਕਿ ਆਪਣੇ ਭਾਰਤ ਵਿੱਚ ਪੂਰੇ ਵਿਸ਼ਵ ਦੇ ਆਪ ਵਿਖ ਰਿਹਾ ਨਾ ਤੁਹਾਨੂੰ ਨਾਰਥ ਅਮਰੀਕਾ ਸਾਊਥ ਅਮਰੀਕਾ ਅਫਰੀਕਾ ਯੂਰਪ ਆਸਟ੍ਰੇਲੀਆ ਇਹਨਾਂ ਸਾਰਿਆਂ ਦਾ ਲਗਭਗ 18% ਜਿਹੜੀ ਆਬਾਦੀ ਹੈਗੀ ਆ ਉਹ ਇਸ 2.4% ਨੇ ਸਾਂਭੀ ਹੋਈ ਆ ਇਹ ਕੁਝ ਇੰਟਰਸਟਿੰਗ ਗੱਲ ਸੀਗੀ ਜਿਹੜੀ ਕਿ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਆਪਣਾ ਭਾਰਤ ਕਿਹੜੇ ਏਰੀਆ ਵਿੱਚ ਸਥਿਤ ਆ ਆਪਣਾ ਜਿਹੜਾ ਭਾਰਤ ਹੈਗਾ ਜੀ ਏ ਨਾਰਥ-ਈਸਟ ਵਿੱਚ ਮੇਨਲੀ ਸਥਿਤ ਹੈਗਾ। ਹੁਣ ਆਪਾਂ ਇਹਦੀ ਜਿਹੜੀ ਲੋਕੇਸ਼ਨ ਹੈਗੀ ਆ ਉਹ ਡਿਗਰੀ ਵਾਈਜ਼ ਵੀ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ। ਸੋ ਦੋਸਤੋ ਮੈਂ ਤੁਹਾਡੇ ਸਾਹਮਣੇ ਇੱਕ ਨਕਸ਼ਾ ਪੇਸ਼ ਕੀਤਾ ਹੋਇਆ ਜਿਹਦੇ ਵਿੱਚ ਆਪਾਂ ਡਿਗਰੀ ਵਾਈਜ਼ ਆਪਾਂ ਇਹ ਵੇਖਦੇ ਆਂ ਕਿ ਜਿਹੜੀਆਂ ਲੌਂਗੀਟਿਊਡ ਐਂਡ ਲੈਟੀਟਿਊਡਸ ਜਿਹੜੀਆਂ ਲਾਈਨਸ ਨੇ ਉਹਦੇ ਵਿੱਚੋਂ ਕਿੱਥੇ-ਕਿੱਥੇ ਤੁਹਾਨੂੰ ਇਹ ਜਿਹੜੀਆਂ ਲਾਈਨਸ ਨੇ ਜੀ ਸਥਿਤ ਵੇਖਣ ਨੂੰ ਮਿਲਦੀਆਂ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਲੈਣੇ ਆਂ। ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਲੈਟੀਟਿਊਡਸ ਲਾਈਨ ਤੋਂ। ਆ ਤੁਸੀਂ ਲੈਟੀਟਿਊਡ ਲਾਈਨ ਇਹ ਜਿਹੜੀ ਲੈਟੀਟਿਊਡ ਲਾਈਨ ਆ ਇਹ ਕਿੰਨੇਵੇਂ ਤੇ ਸਥਿਤ ਹੈ ਜੀ ਇਹ 37 ਡਿਗਰੀ 6 ਮਿੰਟ ਨਾਰਥ ਵਿੱਚ 37 ਡਿਗਰੀ 6 ਮਿੰਟ ਨਾਰਥ ਦੇ ਵਿੱਚ ਤੇ ਆਹ ਵਾਲੀ ਜਿਹੜੀ ਲਾਈਨ ਹੈਗੀ ਆ ਥੱਲੇ ਇੱਕ ਹੋਰ ਤੁਸੀਂ ਲਾਈਨ ਵੇਖੋ ਇਹ ਕਿੱਥੇ ਸਥਿਤ ਹੈ ਜੀ ਇਹ 8 ਡਿਗਰੀ 4 ਮਿੰਟ ਨਾਰਥ ਵਿੱਚ ਠੀਕ ਹੈ ਜੀ ਭਾਵ ਇਹ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਨਾਰਥ ਵਿੱਚ ਜਿਹੜੀ ਲਾਈਨ ਹੈਗੀ ਆ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਇਹ ਤਾਂ ਵਿਸਤਾਰ ਸਿਗਾ ਇਹਦਾ ਤੇ ਜੇਕਰ ਆਪਾਂ ਇਧਰੋਂ ਗੱਲ ਕਰੀਏ ਈਸਟ ਦੀ ਈਸਟ ਵਿੱਚ ਜਿਹੜੀ ਆਹ ਲੌਂਗੀਟਿਊਡ ਲਾਈਨ ਹੈਗੀ ਆ ਜੀ ਇਹ 68 ਡਿਗਰੀ 7 ਮਿੰਟ ਤੋਂ ਲੈ ਕੇ ਆ ਤੁਸੀਂ ਵੇਖ ਰਹੇ ਹੋ ਨਾ ਆਹ ਵਾਲੀ ਲਾਈਨ 68 ਡਿਗਰੀ 7 ਮਿੰਟ ਤੋਂ ਲੈ ਕੇ 97 ਡਿਗਰੀ 25 ਮਿੰਟ ਕਿੰਨਾ ਹੈ ਜੀ 97 ਡਿਗਰੀ 25 ਮਿੰਟ ਈਸਟ ਦੇ ਵਿੱਚ ਇਹ ਜਿਹੜੀਆਂ ਲਾਈਨਸ ਨੇ 68.68 ਡਿਗਰੀ 7 ਮਿੰਟ ਤੋਂ ਲੈ ਕੇ 97 ਡਿਗਰੀ 25 ਮਿੰਟ ਤੱਕ ਠੀਕ ਹੈ ਜੀ ਸੋ ਇਹਦੇ ਵਿੱਚ ਹੀ ਆ ਰਿਹਾ ਨਾ ਆਪਣਾ ਭਾਰਤ ਜੇਕਰ ਤੁਸੀਂ ਧਿਆਨ ਨਾਲ ਵੇਖੋ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਅੰਡਰਲਾਈਨ ਕਰਤਾ ਇਹਨੂੰ ਇਹਦੇ ਵਿੱਚ ਹੀ ਭਾਰਤ ਆ ਰਿਹਾ ਤੇ ਇਹ ਕੀ ਹੈ ਜੀ ਇਹ ਤੁਹਾਡੀ ਏ ਲੋਕੇਸ਼ਨ ਹੈ ਕੀ ਹੈ ਭਾਰਤ ਦੀ ਐਂਡ ਦੋਸਤੋ ਜੇਕਰ ਆਪਾਂ ਵਿਸਤਾਰ ਦੀ ਗੱਲ ਕਰੀਏ ਇਹ ਤਾਂ ਸਿਗੇ ਜੀ ਆਪਾਂ ਲੈਟੀਟਿਊਡਸ ਐਂਡ ਲੌਂਗੀਟਿਊਡਸ ਤੇ ਆਪਾਂ ਜਿਹੜੀ ਭਾਰਤ ਦੀ ਲੋਕੇਸ਼ਨ ਸੀਗੀ ਇਹ ਆਪਾਂ ਵੇਖ ਲਈ ਐ ਬਟ ਜੇਕਰ ਆਪਾਂ ਗੱਲ ਕਰੀਏ ਆ ਕੀ ਹੈ ਜੀ ਆ ਗੁਜਰਾਤ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਕੀ ਹੈ ਜੀ ਇਹ ਅਰੁਣਾਚਲ ਪ੍ਰਦੇਸ਼ ਹੈ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਤੱਕ ਦਾ ਜਿਹੜਾ ਏਰੀਆ ਹੈ ਭਾਵੇਂ ਆਪਾਂ ਇਧਰੋਂ ਜੇਕਰ ਆਪਾਂ ਇਹਦਾ ਡਿਸਟੈਂਸ ਮੈਜ਼ਰ ਕਰਦੇ ਆ ਇਹ ਕਿੰਨਾ ਹੈ ਜੀ 23 33 29 33 ਕਿੰਨਾ ਹੈ ਜੀ 29 33 ਇਹਦਾ ਡਿਸਟੈਂਸ ਹੈ ਇੱਕ ਵਾਰ ਮੈਂ ਲਿਖ ਦਿੰਨਾ ਜੀ ਕਿੰ 2933 ਕਿਲੋਮੀਟਰ ਇਹ ਹੈ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਲਗਭਗ ਗੁਜਰਾਤ ਦੇ ਵਿੱਚ ਜਿਹੜਾ ਤੁਹਾਨੂੰ ਡਿਸਟੈਂਸ ਵੇਖਣ ਨੂੰ ਮਿਲਦਾ ਹੈ ਉਹ ਕਿੰਨਾ ਹੈ ਜੀ 2933 ਜੇਕਰ ਆਪਾਂ ਗੱਲ ਕਰੀਏ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਇਹ ਕੀ ਹੈ ਜੀ ਇਧਰੋਂ ਜਿਹੜਾ ਸ਼੍ਰੀਨਗਰ ਅਤੇ ਲਦਾਖ ਵਾਲਾ ਜਿਹੜਾ ਏਰੀਆ ਹੈ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਜੇਕਰ ਆਪਾਂ ਗੱਲ ਕਰਦੇ ਹਾਂ ਇੱਥੋਂ ਕਨਿਆ ਕੁਮਾਰੀ ਤੱਕ ਤੇ ਤੁਹਾਨੂੰ ਜਿਹੜਾ ਡਿਸਟੈਂਸ ਵੇਖਣ ਨੂੰ ਮਿਲਦਾ ਹੈ ਉਹ ਕਿੰਨਾ ਦੇਖਣ ਨੂੰ ਮਿਲਦਾ ਹੈ ਜੀ 3214 ਕਿਲੋਮੀਟਰ ਕਿੰਨਾ ਹੈ ਜੀ 3214 ਕਿਲੋਮੀਟਰ 3214 ਤੇ 2933 ਤੁਸੀਂ ਇਹਨੂੰ ਯਾਦ ਕਰ ਲਿਓ ਜੀ ਇਹ ਕਿੰਨਾ ਹੈ ਜੀ গুজਰਾਤ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਹੈ 2933 ਤੇ 3214 ਕਿੱਥੋਂ ਤੋਂ ਕਿੱਥੋਂ ਕਿੱਥੋਂ ਤੱਕ ਹੈ ਜੀ ਇਧਰੋਂ ਤੁਸੀਂ ਵੇਖ ਸਕਦੇ ਹੋ ਆਹ ਵਾਲੇ ਹਿੱਸੇ ਤੋਂ ਲੈ ਕੇ ਆਹ ਵਾਲੇ ਹਿੱਸੇ ਤੱਕ ਠੀਕ ਹੈ ਜੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਇੱਥੇ ਮਤਲਬ ਕਿ ਹੁਣ ਤਾਂ ਚਲੋ ਲਦਾਖ ਹੈ ਜੀ ਲਦਾਖ ਤੋਂ ਲੈ ਕੇ ਇਧਰ ਤੱਕ ਜੇਕਰ ਆਪਾਂ ਵੇਖਦੇ ਹਾਂ ਤੇ ਇਹ ਕਿੰਨਾ ਡਿਸਟੈਂਸ ਵੇਖਣ ਨੂੰ ਮਿਲਦਾ ਹੈ ਜੀ ਇਹ 2933 ਤੇ ਵੇਖਣ ਨੂੰ ਮਿਲਦਾ ਹੈ ਤੇ ਇੱਕ ਹੋਰ ਜਿਹੜੀ ਆ ਇੰਪੋਰਟੈਂਟ ਲਾਈਨ ਹੈਗੀ ਹੈ ਜੀ ਇਹ ਕਿਹੜੀ ਲਾਈਨ ਹੈਗੀ ਹੈ ਜੀ ਇਹ ਹੈਗੀ ਆ ਲੌਂਗੀਟਿਊਡ ਲੌਂਗੀਟਿਊਡ ਇਹਦੇ ਵਿਚਾਲਿਆਂ ਦੀ ਹੋ ਕੇ ਲੰਘਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਜਿਹੜਾ ਭਾਰਤ ਦਾ ਜਿਹੜਾ ਸਟੈਂਡਰਡ ਟਾਈਮ ਹੈਗਾ ਕਿਉਂਕਿ ਜਿਹੜਾ ਕਿ ਆਪਾਂ ਟਾਈਮ ਦੀ ਜੇਕਰ ਆਪਾਂ ਗੱਲ ਕਰਦੇ ਆਂ ਟਾਈਮ ਵਾਲਾ ਕਨਸੈਪਟ ਆਪਾਂ ਆਲਰੇਡੀ ਸਮਝ ਚੁੱਕੇ ਆਂ ਕਿ ਆਪਾਂ ਨੂੰ ਇੱਕ ਇੱਕ ਡਿਗਰੀ ਦੇ ਵਿੱਚ ਕਿੰਨਾ ਜ਼ਿਆਦਾ ਡਿਫਰੈਂਸ ਵੇਖਣ ਨੂੰ ਮਿਲਦਾ ਹੈ ਭਾਵੇਂ ਇਹ ਹੈ ਕਿ ਆਪਣੇ ਭਾਰਤ ਵਿੱਚ ਪੂਰੇ ਵਿਸ਼ਵ ਦੇ ਵਿੱਚ ਕਿੰਨੇ ਸਾਰੇ ਟਾਈਮ ਜ਼ੋਨਸ ਹੈਗੇ ਆ ਸੋ ਆਪਣੇ ਭਾਰਤ ਵਿੱਚ ਕੋਈ ਐਹੋ ਜੀ ਇਨਕਨਵੀਨੀਅੰਸ ਨਾ ਹੋਵੇ ਜਿਦੇ ਕਰਕੇ ਇੱਕੋ ਟਾਈਮ ਜ਼ੋਨ ਬਣਾਇਆ ਗਿਆ ਕਿਉਂਕਿ ਜੇਕਰ ਆਪਾਂ ਅਰੁਣਾਚਲ ਪ੍ਰਦੇਸ਼ ਦੀ ਗੱਲ ਕਰੀਏ ਇਧਰੋਂ ਕੰਪੇਅਰ ਕਰਦੇ ਹਾਂ ਗੁਜਰਾਤ ਨਾਲ ਤੇ ਇਹਦੇ ਵਿੱਚ 2 ਘੰਟੇ ਦਾ ਫਰਕ ਹੁੰਦਾ ਭਾਵ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਹਿਲਾਂ ਸਵੇਰ ਹੋ ਜਾਂਦੀ ਹੈ ਇਧਰ ਤੁਹਾਨੂੰ ਬਾਅਦ ਵਿੱਚ ਧੁੱਪ ਵੇਖਣ ਨੂੰ ਮਿਲਦੀ ਹੈ ਸੋ ਇਹਦੇ ਲਈ ਆਪਾਂ ਕੀ ਕਰਦੇ ਹਾਂ ਜੀ ਇੱਕੋ ਟਾਈਮ ਜ਼ੋਨ ਲਾਇਆ ਹੋਇਆ ਆਪਾਂ 82 ਡਿਗਰੀ ਇਹਨੂੰ ਆਧਾਰ ਤੇ ਮੰਨ ਕੇ ਠੀਕ ਹੈ ਜੀ 82 ਡਿਗਰੀ 30 ਮਿੰਟ 82 ਡਿਗਰੀ 30 ਮਿੰਟ ਨੂੰ ਆਧਾਰ ਮੰਨ ਕੇ ਆਪਾਂ ਇਹਦੇ ਵਿਚਾਲੇ ਜਿਹੜੀ ਲਾਈਨ ਗੁਜ਼ਰਦੀ ਹੈ ਠੀਕ ਹੈ ਜੀ ਜਿਹੜੀ ਕਿ ਲਾਈਨ ਹੈਗੀ ਆ ਲੌਂਗੀਟਿਊਡ ਦੀ ਜਿਹਨੂੰ ਤੁਸੀਂ ਦਸ਼ ਇਹਨੂੰ ਤੁਸੀਂ ਮੰਨ ਕੇ ਆਪਣਾ ਸਟੈਂਡਰਡ ਟਾਈਮ ਆਪਾਂ ਮੈਜ਼ਰ ਕਰਦੇ ਹਾਂ ਸੋ ਦੋਸਤੋਂ ਇੱਕ ਛੋਟੀ ਜੀ ਗੱਲ ਸੀਗੀ ਜਿਹੜੀ ਕਿ ਮੈਂ ਤੁਹਾਨੂੰ ਦੱਸ ਦਿਤੀ ਆ ਜੇਕਰ ਆਪਾਂ ਭਾਰਤ ਦੀ ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤੇ ਆਪਣੇ ਭਾਰਤ ਤੇ ਇਧਰ ਜੇਕਰ ਤੁਸੀਂ ਵੇਖਦੇ ਹੋ ਆਪਣਾ ਭਾਰਤ ਹੈ ਨਾ ਜੀ ਇਹ ਆਪਣੇ ਭਾਰਤ ਦਾ ਨਕਸ਼ਾ ਹੈ ਭਾਰਤ ਦੇ ਜੇਕਰ ਤੁਸੀਂ ਇਧਰ ਈਸਟ ਵਾਲੇ ਪਾਸੇ ਆਹ ਵਾਲੇ ਪਾਸੇ ਵੇਖਦੇ ਹੋ ਤੇ ਇੱਥੇ ਤੁਹਾਨੂੰ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਇੱਥੇ ਵੇਖਣ ਨੂੰ ਮਿਲਦੀ ਹੈ ਜੇਕਰ ਆਪਾਂ ਆਹ ਵਾਲੀ ਸਾਈਡ ਤੇ ਵੇਖਦੇ ਹਾਂ ਆਹ ਵਾਲੀ ਸਾਈਡ ਤੇ ਤੁਹਾਨੂੰ ਅਰੇਬੀਅਨ ਸੀ ਠੀਕ ਹੈ ਜੀ ਅਰਬ ਦਾ ਜਿਹੜਾ ਸਾਗਰ ਇਧਰ ਤੁਸੀਂ ਲਕਸ਼ਦੀਪ ਜਿਹੜੇ ਹੈਗੇ ਆ ਜੀ ਆਈਲੈਂਡਸ ਹੈਗੇ ਆ ਜਿਹੜੇ ਕਿ ਆਪਣੇ ਯੂਨੀਅਨ ਟੈਰੀਟਰੀਜ਼ ਹੈਗੇ ਆ ਇਹ ਵੀ ਵੇਖਣ ਨੂੰ ਮਿਲਦੇ ਆ ਜੀ ਯੂਨੀਅਨ ਟੈਰੀਟਰੀ ਹੈ ਨਾ ਅੰਡਮਾਨ ਐਂਡ ਨਿਕੋਬਰ ਆਈਲੈਂਡ ਹੈਗੇ ਆ ਜੀ ਇਹ ਵੀ ਤੁਹਾਨੂੰ ਇੱਥੇ ਵੇਖਣ ਨੂੰ ਮਿਲਦੇ ਆ ਇਹ ਭਾਰਤ ਦੇ ਹਿੱਸੇ ਹੈਗੇ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਸੋ ਦੋਸਤੋ ਇੱਥੇ ਤੁਸੀਂ ਹੋਰ ਵੀ ਵੇਖ ਸਕਦੇ ਹੋ ਆਪਣੇ ਨਾ ਵੈਸੇ ਇੱਧਰ ਲਿਖਿਆ ਨਹੀਂ ਹੋਇਆ ਬਟ ਇੱਧਰ ਨਾ ਆਲੇ ਪਾਸੇ ਇੱਧਰ ਐਕਸਟ੍ਰੀਨ ਦੇ ਵਿੱਚ ਇੱਧਰ ਤੁਹਾਨੂੰ ਇੰਡੀਅਨ ਓਸ਼ੀਅਨ ਵੇਖਣ ਨੂੰ ਮਿਲਦਾ ਠੀਕ ਆ ਜੀ ਆਪਣੇ ਭਾਰਤ ਦੇ ਆ ਸਾਉਥ ਦੇਵਿਸ ਤੁਹਾਨੂੰ ਇੰਡੀਅਨ ਓਸ਼ੀਅਨ ਵੇਖਣ ਨੂੰ ਮਿਲਦਾ ਹੈ ਜੀ ਹਿੰਦ ਮਹਾਸਾਗਰ ਜੀ ਨੂੰ ਤੁਸੀਂ ਕਹਿੰਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਜੀ ਆਪਣੇ ਭਾਰਤ ਦੇ ਪੋਲਿਟੀਕਲ ਨਕਸ਼ੇ ਦੀ ਪੋਲਿਟੀਕਲ ਨਕਸ਼ੇ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਵੀ ਸਮਝ ਲੈਣੇ ਆ ਕਿ ਆਪਣਾ ਜਿਹੜਾ ਭਾਰਤ ਹੈ ਆਪਣੇ ਭਾਰਤ ਦਾ ਜਿਹੜਾ ਆਹ ਵਾਲਾ ਏਰੀਆ ਤੁਹਾਨੂੰ ਵਿਖ ਰਿਹਾ ਜਿਹੜਾ ਕੋਸਟਲਾਈਨ ਏਰੀਆ ਹੈਗਾ ਇੱਕ ਵਾਰ ਮੈਂ ਡਰਾ ਕਰਕੇ ਦੱਸ ਦੇਣਾ ਆ ਜਿਹੜਾ ਤੁਹਾਨੂੰ ਕੋਸਟਲਾਈਨ ਏਰੀਆ ਵਿਖ ਰਿਹਾ ਨਾ ਆਹ ਵਾਲਾ ਕੋਸਟਲਾਈਨ ਏਰੀਆ ਕੋਸਟਲਾਈਨ ਕੀ ਹੁੰਦੀ ਹੈ ਜੀ ਤੱਟਵਰਤੀ ਏਰੀਆ ਜਿਹੜਾ ਸਮੁੰਦਰਾਂ ਦੇ ਲਾਗੇ-ਲਾਗੇ ਏਰੀਆ ਹੁੰਦਾ ਇਹਦੀ ਜੇਕਰ ਆਪਾਂ ਲੰਬਾਈ ਦੀ ਕਿਲੋਮੀਟਰ ਇਹਦੀ ਲੰਬਾਈ ਹੈਗੀ ਆ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਸਮਝ ਲਿਓ ਠੀਕ ਹੈ ਜੀ ਇਹ ਕੋਸਟਲਾਈਨ ਜਿਹੜੀ ਹੈਗੀ ਆ ਇਸ ਕੋਸਟਲਾਈਨ ਦੀ ਕੁੱਲ ਲੰਬਾਈ ਕਿੰਨੀ ਹੈ ਜੀ 6100 ਕਿਲੋਮੀਟਰ ਹੁਣ ਆਪਾਂ ਗੱਲ ਕਰਦੇ ਆ ਜੀ ਨੇਬਰਿੰਗ ਕੰਟਰੀਜ਼ ਦੀ ਨੇਬਰਿੰਗ ਕੰਟਰੀਜ਼ ਦੀ ਵੈਸੇ ਤਾਂ ਮੈਂ ਚਲੋ ਪਹਿਲਾਂ ਵੀ ਗੱਲ ਮੈਂ ਤੁਹਾਨੂੰ ਇੱਕ ਟ੍ਰਿਕ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਮੈਂ ਤੁਹਾਨੂੰ ਫਿਰ ਦੱਸੂਗਾ ਠੀਕ ਹੈ ਜੀ ਜਿਹਦੇ ਕਰਕੇ ਤੁਹਾਡੀ ਰਿਵੀਜ਼ਨ ਹੋ ਜਾਵੇ ਮੇਰੇ ਬਚਪਨ ਦਾ ਸੁਪਨਾ ਕੀ ਸੀਗਾ ਜੀ ਮੇਰੇ ਬਚਪਨ ਦਾ ਸੁਪਨਾ ਇਹ ਸੀ ਕਿ ਮੈਂ ਨਾ ਵੱਡਾ ਹੋ ਕੇ ਕੀ ਕਰੂੰਗਾ ਬਚਪਨ ਦੇ ਵਿੱਚ ਮੈਂ ਸੋਚਿਆ ਸੀ B A C H P A N एक बार मैं लिख देना जी B A C H P A N बचपन का सपना की सी जी MBA करंदा बचपन का सपना MBA करंदा B E तो आपा की बनाया सका जी B E तो आपा बनाया सका बांग्लादेश C H तो आपा बनाया सी चीन P E तो बनाया सी पाकिस्तान N तो बनाया से नेपाल M तो की बनाया सका जी M तो बनाया से म्यानमार B तो बनाया सी भूटान E तो बनाया सी अफगानिस्तान ਸਭ ਤੋਂ ਜਿਹੜੀ ਲੰਮੀ ਬਾਰਡਰ ਹੈਗੀ ਆ ਆਪਣੇ ਭਾਰਤ ਦੀ ਉਹ ਕਿਹੜੇ ਦੇਸ਼ ਨਾਲ ਲੱਗਦੀ ਹੈ ਜੀ ਉਹ ਲੱਗਦੀ ਹੈ ਆਪਣੀ ਬੰਗਲਾਦੇਸ਼ ਨਾਲ ਜੇਕਰ ਆਪਾਂ ਸਾਰਿਆਂ ਨਾਲ ਛੋਟੀ ਬਾਰਡਰ ਦੀ ਗੱਲ ਕਰੀਏ ਉਹ ਕਿਹਦੇ ਨਾਲ ਲੱਗਦੀ ਹੈ ਜੀ ਉਹ ਅਫਗਾਨਿਸਤਾਨ ਨਾਲ ਲੱਗਦੀ ਹੈ ਉਹ ਲਗਭਗ 106 ਕਿਲੋਮੀਟਰ ਜਿੰਨਾ ਤੱਕ ਮੈਨੂੰ ਯਾਦ ਆ ਅਫਗਾਨਿਸਤਾਨ ਨਾਲ ਸਾਰਿਆਂ ਨਾਲ ਛੋਟੀ ਬਾਰਡਰ ਲੱਗਦੀ ਹੈ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਪੋਲਿਟੀਕਲ ਸੈਟਅਪ ਦੀ ਰਾਜਨੀਤਿਕ ਜਿਹੜਾ ਢਾਂਚਾ ਹੈਗਾ ਜੀ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਨੇ ਆ ਇਹਦੀ ਜੇਕਰ ਆਪਾਂ ਗੱਲ ਕਰਦੇ ਆਂ ਆਪਣੇ ਪੂਰੇ ਭਾਰਤ ਵਿੱਚ ਤੁਹਾਨੂੰ ਕਿੰਨੇ ਜਿਲ੍ਹ ਕਿੰਨੇ ਤੁਹਾਨੂੰ ਰਾਜ ਵੇਖਣ ਨੂੰ ਮਿਲਦੇ ਨੇ ਜੀ ਇਹ ਰਾਜ ਤੁਹਾਨੂੰ ਟੋਟਲ ਵੇਖਣ ਨੂੰ ਮਿਲਦੇ ਨੇ ਜੀ 28 ਤੇ ਤੁਹਾਨੂੰ ਯੂਨੀਅਨ ਟੈਰੀਟਰੀਜ਼ ਕਿੰਨੀਆਂ ਵੇਖਣ ਨੂੰ ਮਿਲਦੀਆਂ ਨੇ ਜੀ ਇਹ ਵੇਖਣ ਨੂੰ ਮਿਲਦੀਆਂ ਨੇ 9 ਕਿਉਂ 9 ਵੇਖਣ ਨੂੰ ਮਿਲਦੀਆਂ ਨੇ ਜੀ ਪਹਿਲਾਂ ਤਾਂ 7 ਹੁੰਦੀਆਂ ਸੀਗੀਆਂ ਤੇ ਪਹਿਲਾਂ ਰਾਜ ਵੀ 29 ਹੁੰਦੇ ਸੀਗੇ ਤੇ 28 ਕਿਵੇਂ ਹੋਗੇ ਕਿਉਂਕਿ ਹੁਣ ਇਨਾਂ ਨੇ ਲਦਾਖ ਨੂੰ ਵੀ ਕੀ ਕਰਤਾ ਜੀ ਯੂਨੀਅਨ ਟੈਰੀਟਰੀ ਬਣਾਤਾ ਤੇ ਜੰਮੂ ਐਂਡ ਕਸ਼ਮੀਰ ਨੂੰ ਵੀ ਇਨਾਂ ਨੇ ਕੀ ਕਰਤਾ ਇੱਕ ਯੂਨੀਅਨ ਟੈਰੀਟਰੀ ਬਣਾਤਾ ਭਾਵ ਇਹ ਕਿ ਇੱਕ ਸਟੇਟ ਤਾਂ ਘੱਟ ਹੋ ਗਈ ਸਟੇਟ ਘਟਣ ਦੇ ਨਾਲ ਕੀ ਹੋ ਗਿਆ ਜੀ ਪਹਿਲਾਂ ਜੇਕਰ 29 ਸਟੇਟ ਸੀਗੀਆਂ ਤੇ ਹੁਣ 28 ਰਹਿ ਗਈਆਂ ਤੇ ਜੇਕਰ ਪਹਿਲਾਂ 7 ਯੂਨੀਅਨ ਟੈਰੀਟਰੀ ਸੀਗੀਆਂ ਤੇ ਇਹਦਾ ਮਤਲਬ ਇਹ ਹੈ ਕਿ 2 ਪਲੱਸ ਹੋ ਗਈਆਂ 2 ਕਿਡੀਆਂ ਪਲੱਸ ਹੋ ਗਈਆਂ ਲਦਾਖ ਐਂਡ ਜੰਮੂ ਐਂਡ ਕਸ਼ਮੀਰ ਜੇ ਐਂਡ ਕੇ ਤੇ ਇਹਦੇ ਨਾਲ ਕੀ ਹੋ ਗਿਆ ਜੀ ਆ 9 ਹੋ ਗਈਆਂ ਕੀ ਨ ਹੋ ਗਿਆ ਜੀ ਜੇਕਰ ਆਪਾਂ ਯੂਨੀਅਨ ਟੈਰੀਟਰੀਜ਼ ਦੀ ਗੱਲ ਕਰੀਏ ਕੇਂਦਰ ਸ਼ਾਸਿਤ ਜਿਹੜੇ ਪ੍ਰਦੇਸ਼ ਹੁੰਦੇ ਆਪਾਂ ਉਹਨਾਂ ਦੀ ਗੱਲ ਕਰ ਲਈਆਂ ਜੇਕਰ ਆਪਾਂ ਆਬਾਦੀ ਪੱਖੋਂ ਗੱਲ ਕਰੀਏ ਆਬਾਦੀ ਪੱਖੋਂ ਨਹੀਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਖੇਤਰਫਲ ਪੱਖੋਂ ਆਪਣੇ ਭਾਰਤ ਦਾ ਸਭ ਨਾਲੋਂ ਵੱਡਾ ਰਾਜ ਕਿਹੜਾ ਹੈ ਜੀ ਉਹ ਕਿਹੜਾ ਹੈ ਉਹ ਹੈ ਰਾਜਸਥਾਨ ਖੇਤਰਫਲ ਪੱਖੋਂ ਰਾਜਸਥਾਨ ਜਿਹੜਾ ਹੈ ਜੀ ਇਹ ਆਪਣੇ ਭਾਰਤ ਦਾ ਸਭ ਨਾਲੋਂ ਵੱਡਾ ਜਿਹੜਾ ਰਾਜ ਹੈ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਜੇਕਰ ਆਪਾਂ ਗੱਲ ਕਰੀਏ ਆਪਣੇ ਭਾਰਤ ਦੀ ਉਸ ਰਾਜ ਦਾ ਨਾਮ ਕੀ ਉਹ ਸਭ ਨਾਲੋਂ ਛੋਟੀ ਹੈ ਜੇਕਰ ਆਪਾਂ ਖੇਤਰਫਲ ਪੱਖੋਂ ਗੱਲ ਕਰੀਏ ਉਹਦਾ ਕੀ ਨਾਮ ਹੈ ਜੀ ਗੋਆ ਕੀ ਨਾਮ ਹੈ ਜੀ ਉਹਦਾ ਉਹਦਾ ਨਾਮ ਹੈ ਗੋਆ ਸਭ ਨਾਲੋਂ ਵੱਡੀ ਸਟੇਟ ਕਿਹੜੀ ਹੈ ਜੀ ਰਾਜਸਥਾਨ R A J A S T H A N ਰਾਜਸਥਾਨ ਇਜ਼ ਦਾ ਲਾਰਜੈਸਟ ਸਟੇਟ ਇਨ ਦਾ ਅਪ ਆਵਰ ਕੰਟਰੀ ਹੈ ਨਾ ਇਨ ਆਵਰ ਕੰਟਰੀ ਇੰਡੀਆ ਦੇ ਵਿੱਚ ਗੋਆ ਜਿਹੜਾ ਹੈ ਜੀ ਗੋਆ ਜਿਹੜੀ ਗੋਆ ਸਟੇਟ ਇਜ਼ ਦਾ ਸਮਾਲੈਸਟ ਸਟੇਟ ਇਨ ਇੰਡੀਆ ਸੋ ਦੋਸਤੋ ਇੱਕ ਛੋਟੀ ਜੀ ਆਪਣੀ ਵੀਡੀਓ ਸੀਗੀ ਮੈਂ ਕੋਸ਼ਿਸ਼ ਕੀਤੀ ਆ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਐਕਸਪਲੇਨ ਕਰਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਆਪਣੇ ਭਾਰਤ ਦੇ ਜਿੰਨੇ ਵੀ ਫਿਜ਼ੀਕਲ ਡਿਵੀਜ਼ਨਸ ਹੈਗੀਆਂ ਨੇ ਜੀ ਜਿਹਦੇ ਵਿੱਚ ਮੇਨਲੀ ਆਪਣੇ ਭਾਰਤ ਦੇ ਮਾਰੂਥਲ ਆ ਜਾਂਦੇ ਨੇ ਜੀ ਭਾਰਤ ਦੇ ਕਹਿ ਸਕਦੇ ਆ ਕਿ ਆਪਣੇ ਜਿਹੜੇ ਪਰਵਤ ਨੇ ਪਠਾਰ ਨੇ ਯਾ ਫਿਰ ਆਪਾਂ ਕਹਿ ਸਕਦੇ ਆ ਕਿ ਜਿਹੜੇ ਤੱਟਵਰਤੀ ਖੇਤਰ ਨੇ ਜਿਹੜੇ ਆਈਲੈਂਡਸ ਹੈਗੇ ਨੇ ਜੀ ਕੋਸਟਲ ਪਲੇਨਸ ਹੋ ਗਏ ਪੈਨਿਨਸੂਲਰ ਪਲੇਟਿਊ ਹੋ ਗਿਆ ਉਤਰੀ ਦੇ ਉੱਤਰ ਦੇ ਜਿਹੜੇ ਮੈਦਾਨ ਹੈਗੇ ਆ ਜੀ ਜਿਹੜੇ ਪਹਾੜਤ ਨੇ ਇਹਨਾਂ ਸਾਰਿਆਂ ਦੀ ਗੱਲ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਇਹ ਜਿਹੜੀ ਵੀਡੀਓ ਸੀਗੀ ਦੋਸਤੋ ਆ ਜਿਹੜੇ ਪੰਜ ਜਿਹੜੀ ਮੈਂ ਅਗਲੀ ਵੀਡੀਓ ਬਣਾਉਂਗਾ relief and physical division of india ਜਿਹੜੇ ਭਾਰਤ ਦਾ ਕਹਿ ਸਕਦੇ ਆ ਕਿ ਜਿਹੜਾ ਫਿਜ਼ੀਕਲ ਜਿਹੜਾ ਨਕਸ਼ਾ ਹੈਗਾ ਜੀ ਉਹਦੇ ਥਰੂ ਆਪਾਂ ਬਹੁਤ ਹੀ ਚੰਗੀ ਤਰ੍ਹਾਂ ਨੂੰ ਸਮਝਾਂਗੇ ਬਾਕੀ ਦੋਸਤੋ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਜਰੂਰ ਕਰਿਓ ਤੇ ਆਪਦੇ ਦੋਸਤਾਂ ਤੱਕ ਵੀ ਜਰੂਰ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਉਹ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਬੈਲ ਆਈਕਨ ਪ੍ਰੈਸ ਕਰੋ ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਆ ਖਤਮ ਥੈਂਕ ਯੂ so much for watching god bless you all